ਤੇ ਮੈਂ ਹਾਂ ਮਨੀਸ਼ ਚੌਹਾਨ। ਇਸ ਵੇਲੇ ਅਸੀਂ ਬਠਿੰਡਾ ਵਿੱਚ ਮੌਜੂਦ ਹਾਂ ਤਾਂ ਜਿਹੜੇ ਕਿ ਪੰਜਾਬ ਪ੍ਰਧਾਨ ਜਿਹੜੇ ਕਿ ਰਾਜਾ ਵੜਿੰਗ ਜਿਹੜੇ ਕਿ ਬਠਿੰਡਾ ਵਿੱਚ ਪਹੁੰਚੇ ਨੇ। ਇੱਕ ਪਾਸੇ ਗੱਲ ਕਰੀਏ ਜਿਹੜੀ ਚੋਣ ਕਮਿਸ਼ਨ ਵੱਲੋਂ ਜਿਹੜਾ ਕਿ ਚੋਣ ਦਾ ਜਿਹੜਾ ਐਲਾਨ ਕਰ ਦਿੱਤਾ ਹੈਗਾ ਇਸ ਚਰਨ 'ਚ ਅਲੱਗ ਅਲੱਗ ਥਾਵਾਂ 'ਤੇ ਜਿਹੜੇ ਕਿ ਚੋਣ ਕੀਤੇ ਜਾਣਗੇ। ਅਤੇ ਅੱਜ ਗੱਲ ਕਰੀਏ ਜਿਹੜੀ ਕਿ ਪੰਜਾਬ ਦੀ, ਪੰਜਾਬ ਵਿੱਚ ਅਲੱਗ ਅਲੱਗ ਜਿਹੜੀ ਪਾਰਟੀਆਂ ਨੇ ਆਪਣੀ ਪ੍ਰਚਾਰ ਜਿਹੜੀ ਕਿ ਪ੍ਰਚਾਰ ਕੀਤੀ ਜਾ ਰਹੀ ਹੈ। ਅਤੇ ਅੱਜ ਗੱਲ ਕਰੀਏ ਜਿਹੜੀ ਕਿ ਪੰਜਾਬ ਬਚਾਓ ਜਿਹੜਾ ਕਿ ਸੁਖਬੀਰ ਬਾਦਲ ਵੱਲੋਂ ਵੀ ਬਠਿੰਡਾ ਵਿੱਚ ਗੱਡੀ ਗਿਆ। ਇੱਕ ਪਾਸੇ ਗੱਲ ਕਰੀਏ ਰਾਜਾ ਵੜਿੰਗ ਜਿਹੜੇ ਕਿ ਪੰਜਾਬ ਪ੍ਰਧਾਨ ਦੇ ਕਾਂਗਰਸ ਦੇ ਜਿਹੜੇ ਕਿ ਪ੍ਰਧਾਨ ਨੇ ਉਹ ਵੀ ਬਠਿੰਡਾ ਵਿੱਚ ਪਹੁੰਚੇ ਅਤੇ ਅੱਜ ਗੱਲਬਾਤ ਕੀਤੀ ਆ ਉਹਨਾਂ ਨੇ ਮੀਡੀਆ ਨੇ। ਅਤੇ ਮੀਡੀਆ ਨਾਲ ਗੱਲਬਾਤ ਕੀਤੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਵਿਰੋਧੀਆਂ ਵੱਲੋਂ ਵੀ ਤੰਜ ਕਸੇ ਨੇ। ਗੱਲਬਾਤ ਕਰਦੇ ਕੀ ਕਿਹਾ ਉਹਨਾਂ ਨੇ? ਦੋਨੇ ਪਾਰਟੀਆਂ ਦੇ ਪ੍ਰਧਾਨ, ਕਾਂਗਰਸ ਦਾ ਵੀ ਅਤੇ ਅਕਾਲੀ ਦਲ ਦੇ ਪ੍ਰਧਾਨ, ਦੋਨੇ ਬਠਿੰਡਾ ਦੇ ਵਿੱਚ। ਹਾਂ ਯਾਰ, ਉਹ ਮੈਨੂੰ ਪਤਾ ਲੱਗਿਆ ਕਿ ਉਹ ਸੁਖਬੀਰ ਬਾਦਲ ਸਾਹਿਬ ਵੀ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ, ਅਤੇ ਮੈਂ ਆਪਦਾ ਇੱਥੇ ਮਿਲਣ ਆਇਆ ਸੀ ਆਪਦੇ ਸਾਡੇ ਸਤਿਕਾਰਯੋਗ ਸਰਦਾਰ ਜੱਗੀ ਜੀ ਰਹਿੰਦੇ ਨੇ ਇਸ ਕਲੋਨੀ ਦੇ ਵਿੱਚ, ਇੱਥੇ ਆ ਕੇ ਚਾਹ ਪਾਣੀ ਪੀਣ ਆਇਆ ਸੀਗਾ। ਦੇਖੋ ਬਾਬਾ ਸੁੱਖ ਰੱਖੇ ਜੀ, ਪੰਜਾਬ ਦੀਆਂ ਜਿਹੜੀਆਂ ਚੋਣਾਂ ਹੈ ਇਸ ਵਾਰੀ ਦੇ ਬਹੁਤ ਸਾਰੇ ਟੀ ਵੀ ਚੈਨਲਾਂ ਦੇ ਸਰਵੇਖਣ ਔਰ ਬਹੁਤ ਸਾਰੇ ਜਿਹੜੇ ਬੁੱਧੀਜੀਵ ਗੱਲਬਾਤ ਕਰ ਰਹੇ ਨੇ ਉਹਦੇ ਵਿੱਚ ਕਾਂਗਰਸ ਪਾਰਟੀ, ਮੈਂ ਇਹ ਤਾਂ ਨਹੀਂ ਕਹਿੰਦਾ ਜਿਵੇਂ ਕੋਈ ਕਹਿੰਦਾ 13-0, ਕੋਈ ਕਹਿੰਦਾ ਕਿ ਅਸੀਂ 25 ਸਾਲ ਰਾਜ ਕਰਾਂਗੇ, ਬਟ ਮੈਨੂੰ ਉਮੀਦ ਹੈ ਵੀ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਇਸ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਬਣੇਗੀ। ਕਾਂਗਰਸ ਪਾਰਟੀ ਲੋਕਾਂ ਨੇ ਵੇਖ ਲਿਆ, ਅਕਾਲੀ ਦਲ ਨੂੰ ਵੀ ਵੇਖਿਆ, ਆਮ ਆਦਮੀ ਪਾਰਟੀ ਨੂੰ ਵੀ ਮੌਕਾ ਦਿੱਤਾ, ਔਰ ਜਿਸ ਪ੍ਰਕਾਰ ਪੰਜਾਬ ਦੇ ਪ੍ਰਤੀ BJP ਦਾ ਰਵੱਈਆ ਉਹ ਵੀ ਲੋਕ ਜਾਣਦੇ ਨੇ। ਸੋ ਮੈਨੂੰ ਉਮੀਦ ਲੱਗਦੀ ਹੈ ਕਿ ਕਾਂਗਰਸ ਪੱਖੀ ਲੋਕਾਂ ਦਾ ਰੁਝਾਨ ਰਹੇ। ਸੋ ਦੇਖੋ ਸਾਡਾ ਗਠਜੋੜ ਤੁਹਾਡੇ ਸਾਹਮਣੇ ਹੈ, ਤੁਸੀਂ ਦੇਖਿਆ ਉਹ ਸਾਡੇ ਬੰਦੇ ਪੋਚ ਕਰ ਰਹੇ ਨੇ। ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਅਸੀਂ 13 ਦੀਆਂ 13 ਸੀਟਾਂ 'ਤੇ ਚੋਣਾਂ ਲੜਾਂਗੇ। ਪੰਜਾਬ ਇੱਕ ਵੱਖਰਾ ਸੂਬਾ ਹੈ, ਪੰਜਾਬ ਦੀ ਆਪਣੀ ਵੱਖਰੀ ਪਹਿਚਾਣ ਹੈ। ਪੰਜਾਬ ਦੇ ਵਿੱਚ ਇਹ ਜਿਹੜੀ ਰਲ ਮਿਲ ਕੇ ਵਾਲਾ ਕੰਮ ਹੈ ਨਾ ਜੀ, ਇਹ ਬਹੁਤ ਘੱਟ ਚੱਲਦਾ, ਔਰ ਜਿਹੜੇ ਲੋਕ ਇਸ ਤਰ੍ਹਾਂ ਦੀ ਕੰਮ ਕਰਦੇ ਹੈ, ਆਹ ਤੁਸੀਂ ਦੇਖੋ ਹੁਣ BJP ਦਾ ਅਕਾਲੀ ਦਲ ਦਾ ਆਪਸ ਵਿੱਚ ਰੌਲਾ ਪਿਆ ਪਿਆ। BJP ਵਾਲੇ ਚਾਹੁੰਦੇ ਆ ਕਿ ਗੱਠਜੋੜ ਹੋ ਜਾਣ, ਅਕਾਲੀ ਦਲ ਵੀ ਚਾਹੁੰਦਾ ਗੱਠਜੋੜ, ਅੰਦਰ ਖਾਤੇ ਦਾ ਗੱਠਜੋੜ ਹੈਗਾ, ਲੇਕਿਨ ਡਰ ਸਤਾ ਰਿਹਾ ਕਿ ਅਗਰ ਗੱਠਜੋੜ ਹੋ ਜਾਂਦਾ ਤਾਂ ਫਿਰ ਪੰਜਾਬ ਦਾ ਜਿਹੜਾ ਕਿਸਾਨ ਹੈ ਉਹਦਾ ਰੁੱਖ ਕਿੱਦਾਂ ਰਹੇਗਾ। ਸੋ ਇਹ ਭੰਬਲ ਭੂਸਾ ਵਿਹਾਰ ਹੈ, ਲੋਕਾਂ ਨੂੰ ਸਭ ਪਤਾ ਹੈ ਕਿ ਕੀ ਚੱਲ ਰਿਹਾ, ਔਰ ਅਸੀਂ ਇਕੱਲੇ ਲੜਨਾ ਪਸੰਦ ਕਰਾਂਗੇ। ਔਰ ਅਸੀਂ ਪਹਿਲੇ ਦਿਨੋਂ ਸਾਡੀ ਪੰਜਾਬ ਦੀ ਲੀਡਰਸ਼ਿਪ ਨੇ ਇਹ ਗੱਲ ਤੈਅ ਕਰਤੀ ਸੀ ਕਿ ਅਸੀਂ ਕਿਸੇ ਪ੍ਰਕਾਰ ਦਾ ਆਮ ਆਦਮੀ ਪਾਰਟੀ ਨਾਲ ਸਾਡਾ ਕੋਈ ਗੱਠਜੋੜ ਨਹੀਂ। ਕਿਸਾਨਾਂ ਨੇ ਐਲਾਨ ਕਰਤਾ ਵੀ ਅਸੀਂ ਵਿਰੋਧ ਕਰਾਂਗੇ BJP ਦਾ, ਜਿੰਨੀਆਂ ਜਨ ਸਾਰੀਆਂ ਮੰਗਾਂ ਨੇ। ਨਹੀਂ ਉਹ ਕਿਉਂ ਨਾ ਕਰਨ ਜੀ, ਮੈਨੂੰ ਇਹ ਗੱਲ ਦੱਸੋ, ਜਿਨ੍ਹਾਂ ਦੇ ਤੁਸੀਂ ਲਾਅ ਸਸਪੈਂਡ ਕਰਤੇ ਕਿਸਾਨਾਂ ਦੇ, ਖੇਤੀ ਪ੍ਰਧਾਨ ਸੂਬਾ ਜੀ। ਇੱਕ ਗੱਲ ਮੈਂ ਹੋਰ ਵੀ ਦੱਸਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ, ਚਾਹੇ ਉਹ ਕਮਿਸ਼ਨ ਏਜੰਟ ਦੀ ਦੁਕਾਨ ਹੈ, ਚਾਹੇ ਉਹ ਮੈਰਿਜ ਪੈਲੇਸਿਸ ਹੈ, ਚਾਹੇ ਕੋਈ ਹੋਰ ਕਾਰੋਬਾਰ ਹੈ, ਫੈਕਟਰੀਆਂ, ਕਾਟਨ ਫੈਕਟਰੀਆਂ ਜਾਂ ਰਾਈਸ ਸ਼ੈਲਸ ਨੇ, ਸਾਰੇ ਦੇ ਸਾਰੇ ਸੰਬੰਧਿਤ ਇਸ ਕਿਸਾਨੀ ਨਾਲ ਹੈ। ਉਹਦਾ ਕਾਰਨ ਕੀ ਹੈ? MSP ਦੀ ਜਿਹੜੀ ਫਸਲ ਹੈ ਕੋਰੋਨਾ ਦੇ ਵਿੱਚ ਕਿਉਂ ਨਹੀਂ ਇਫੈਕਟ ਹੋਇਆ ਸਾਡੇ ਨਾਲ? ਸਾਡੀ ਫਸਲ ਚੱਕੀ ਗਈ, ਘੱਟੋ ਘੱਟ 70 ਤੋਂ 80 ਹਜ਼ਾਰ ਕਰੋੜ ਰੁਪਇਆ ਸਾਡਾ ਦੋਵਾਂ ਫਸਲਾਂ ਦਾ ਪੰਜਾਬ 'ਚ ਆ ਗਿਆ। ਉਸੇ ਗੱਲ ਨਾਲ ਹੀ ਬਾਜ਼ਾਰਾਂ 'ਚ ਰੌਣਕਾਂ ਲੱਗਦੀਆਂ। ਜੇ ਉਹ MSP ਦੇ ਜਿਹੜੇ ਮਨਸੂਬੇ ਗੁਣੇ ਜਾ ਰਹੇ ਹੈ ਕਿ ਉਹਨੂੰ ਖਤਮ ਕਰ ਦੇਈਏ, ਤੁਸੀਂ ਫਾਰਮੂਲਾ ਬਿੱਲ ਬਣਾਏ, ਫਿਰ ਤੁਸੀਂ ਸਸਪੈਂਡ ਕਰਤੇ, ਜਦੋਂ ਸਸਪੈਂਡ ਕਰਤੇ ਤਾਂ ਉਹਨਾਂ ਦਾ ਨੋਟੀਫਿਕੇਸ਼ਨ ਲਿਆਓ ਜੀ। ਤੁਸੀਂ ਨੋਟੀਫਿਕੇਸ਼ਨ ਕਿਉਂ ਨਹੀਂ ਲਿਆਉਂਦੇ? ਇਹਦਾ ਮਤਲਬ ਇਹ ਹੈ ਵੀ ਤੁਸੀਂ ਚੋਣਾਂ ਤੋਂ ਬਾਅਦ ਦੁਬਾਰੇ ਤੁਸੀਂ ਉਹ ਕਾਲੇ ਕਾਨੂੰਨ ਵਾਪਸ ਕਰ ਸਕਦੇ ਹੋ। ਫਿਰ ਉਹ ਲੀਗਲ ਗਰੰਟੀ ਮੰਗਦਾ, ਇਹ ਨਹੀਂ ਕਹਿੰਦਾ ਵੀ ਸਾਡਾ ਤੁਸੀਂ ਖਰੀਦੋ।
ਸਾਡੀ ਇਸ ਭਾਅ ਤੋਂ ਥੱਲੇ ਸਾਡੀ ਫਸਲ ਨਾ ਖਰੀਦੀ ਜਾਵੇ। ਅੱਜ ਜੇ ਲੋਐਸਟ ਸਾਰੀ ਸਵਾਮੀਨਾਥਨ ਕਮਿਸ਼ਨ ਦੀ ਗੱਲ ਕਰ ਲਈਏ ਅਤੇ ਕਿਸਾਨ ਦੀ ਇਨਕਮ ਦੀ ਗੱਲ ਕਰ ਲਈਏ ਤਾਂ ਪਰ ਡੇ 26 ਰੁਪਏ ਉਹਦੇ ਹਿੱਸੇ ਨਹੀਂ ਆ ਰਹੇ। ਇਹ ਬਿਲਕੁਲ ਸੱਚ ਹੈ, ਇਹਦੇ 'ਚ ਕੋਈ ਕਥਕਥ ਨਹੀਂ ਹੈ। ਔਰ ਜਿਸ ਤਰੀਕੇ ਦਾ ਰਵੱਈਆ ਵਰਤਿਆ ਗਿਆ ਕੇਂਦਰ ਸਰਕਾਰ ਵੱਲੋਂ, ਤੁਸੀਂ ਤੁਹਾਨੂੰ ਪਤਾ ਕਿਸਾਨ ਨਿਧੀ ਯੋਜਨਾ ਇੱਕ 23 ਲੱਖ ਕਿਸਾਨਾਂ ਨੂੰ 6-6 ਹਜ਼ਾਰ ਰੁਪਇਆ ਆਉਂਦਾ ਸੀ, ਜਦੋਂ ਕਿਸਾਨ ਬਾਰਡਰ 'ਤੇ ਜਾ ਕੇ ਬਹਿ ਗਿਆ। ਹੁਣ 18.5 ਲੱਖ ਬੰਦੇ ਦਾ ਕਿਸਾਨਾਂ ਦਾ ਉਹ ਕਿਸਾਨ ਨਿਧੀ ਯੋਜਨਾ ਤੋਂ ਨਾਮ ਕੱਟਤਾ, 18.5 ਲੱਖ ਦਾ ਜਾਣ ਕੇ ਕਹਿੰਦੇ ਇਹਨਾਂ ਦੇ ਡਾਕੂਮੈਂਟਸ ਪੂਰੇ ਨਹੀਂ ਹੈ। ਪਹਿਲਾਂ 23 ਲੱਖ ਨੂੰ ਤੁਸੀਂ ਕਿੱਥੋਂ ਦਿੰਦੇ ਸੀ ਜੀ ਕਿਸਾਨ ਨਿਧੀ ਯੋਜਨਾ? ਹੌਲੀ ਹੌਲੀ ਸਿਸਟਮ ਕੀ ਹੈ, ਪੰਜਾਬ ਦੇ ਲੋਕ ਜਿਹੜੇ ਅਣਖੀ ਔਰ ਗੈਰਤੀ ਹੈਗੇ ਹੈ, ਮਤਲਬ ਕਿ ਉਹ ਕਿਸੇ ਦੀ ਈਨ ਨਹੀਂ ਮੰਨਦੇ, ਚਾਹੇ ਉਹ ਹਿੰਦੂ ਹੈ, ਚਾਹੇ ਉਹ ਸਿੱਖ ਹੈ, ਚਾਹੇ ਉਹ ਗਰੀਬ ਹੈ। ਇਹ ਪੰਜਾਬ ਨੂੰ ਇੱਕ ਵਰਦਾਨ ਹੈ ਸੱਚੇ ਪਾਤਸ਼ਾਹ ਦਾ ਕਿ ਉਹ ਪਿਆਰ ਨਾਲ ਤਾਂ ਉਹਨਾਂ ਨੂੰ ਵੱਢ ਲਓ, ਲੇਕਿਨ ਉਹ ਈਨ ਨਹੀਂ ਮੰਨਦੇ। ਇਹ ਹੌਲੀ ਹੌਲੀ ਸਾਨੂੰ ਆਰਥਿਕ ਕਮਜ਼ੋਰ ਕਰਨਾ ਚਾਹੁੰਦੇ ਆ ਕਿ ਪੰਜਾਬ ਆਰਥਿਕ ਕਮਜ਼ੋਰ ਹੋ ਜਾਏਗਾ, ਫਿਰ ਪੰਜਾਬ 'ਤੇ ਅਸੀਂ ਭਾਜਪਾ ਦੀ ਜਿਹੜੀ ਸੋਚ ਹੈ ਉਹ ਲਾਗੂ ਕਰ ਸਕਦੇ ਹਾਂ, ਨਰਿੰਦਰ ਮੋਦੀ ਜੀ, ਕਿਉਂਕਿ ਪੂਰਾ ਦੇਸ਼ ਜਿੱਤ ਲਿਆ। ਉਹਨਾਂ ਦੇ ਮਨ 'ਚ ਇੱਕ ਇੱਛਾ ਹੈ, ਜਿਵੇਂ ਸਿਕੰਦਰ ਬਾਦਸ਼ਾਹ ਸਾਰਾ ਜਿੱਤ ਲਿਆ ਸੀ ਕੰਮ, ਉਹ ਇੱਛਾ ਹੈ ਮੋਦੀ ਜੀ ਦੇ ਮਨ 'ਚ ਕਿ ਪੰਜਾਬ ਜਿੱਤਣਾ, ਪਰ ਪੰਜਾਬ ਜਿੱਤਿਆ ਨਹੀਂ ਜਾਣਾ, ਪੰਜਾਬ ਨਹੀਂ ਜਿੱਤਿਆ ਜਾਣਾ। ਇੱਥੇ ਉਹ ਪੰਜਾਬ ਦੇ ਲੋਕ ਹੈ, ਇਹ ਵੱਖਰੀ ਕਿਸਮ ਦੀ, ਮੈਂ ਸਮਝਦਾ ਕਿ ਇਹਨਾਂ 'ਚ ਜੋਸ਼ ਹੈ। ਇੱਕ ਬੰਦਾ ਕਾਰਗਿਲ ਦਾ ਬਾਰਡਰ ਹੋਵੇ, ਤੁਸੀਂ ਦੇਖ ਲਓ ਨਾ ਐਡਾ ਕੁ ਪੰਜਾਬ ਹੈ, ਜੇ ਸ਼ਹੀਦੀਆਂ ਦਿੱਤੀਆਂ ਪੰਜਾਬ ਨੇ ਸਭ ਤੋਂ ਵੱਧ ਦਿੱਤੀਆਂ, ਆਜ਼ਾਦੀ ਜੰਗੇ ਆਜ਼ਾਦੀ ਦੇ ਵਿੱਚ ਜਿਹੜਾ ਦੇਸ਼ ਦੀ ਆਜ਼ਾਦੀ ਦੇ ਵਿੱਚ ਯੋਗਦਾਨ ਪਾਇਆ ਪੰਜਾਬੀਆਂ ਨੇ ਪਾਇਆ, ਕਾਰਗਿਲ ਦੀ ਲੜਾਈ, ਭੈਣ ਦੀ ਲੜਾਈ, ਪਾਕਿਸਤਾਨ ਨਾਲ ਲੜਾਈ, ਬੰਗਲਾਦੇਸ਼ ਨਾਲ ਲੜਾਈ, ਸਭ ਤੋਂ ਵੱਧ ਪੰਜਾਬੀ ਸ਼ਹੀਦ ਹੋਏ ਉਹਨੇ, ਔਰ ਇੱਕ ਇੱਕ ਬੰਦੇ ਨੇ 12-12 ਨਾਲ ਲੜਿਆ। ਸੋ ਇਹ ਜਿੱਤਿਆ ਨਹੀਂ ਜਾਣਾ, ਇੱਥੇ ਆ ਕੇ ਉਹਨਾਂ ਨੂੰ ਆਪ ਹਾਰ ਮੰਨਣਾ। ਸਾਡਾ ਕੈਂਡੀਡੇਟ ਵੀ ਐਲਾਨ ਹੋ ਜਾਏਗਾ ਜਨਾਬ, ਆਮ ਆਦਮੀ ਪਾਰਟੀ ਕੋਲ ਤਾਂ ਕੈਂਡੀਡੇਟ ਹੀ ਨਹੀਂ ਸੀ, ਐਲਾਨ ਕੀ ਕਰ ਦਿੱਤਾ? ਇੱਕ ਮੰਤਰੀ ਨੂੰ 5 ਮੰਤਰੀ ਉਤਾਰਤੇ, 2 ਸਾਡੇ ਪੱਟ ਕੇ ਲੈ ਗਏ। ਇਹ ਕਹਿੰਦੇ ਸੀ ਅਸੀਂ ਆਮ ਲੋਕਾਂ ਨੂੰ ਟਿਕਟਾਂ ਦੇਵਾਂਗੇ, ਡੱਬਾ ਰੱਖ ਕੇ ਵੋਟਾਂ ਪਾਉਂਦੇ ਹੁੰਦੇ ਸੀ, ਕੇਵਲ ਜੀ ਕਹਿੰਦੇ ਹੁੰਦੇ ਸੀ ਇਹ ਕੰਮ ਬੜਾ ਵਧੀਆ ਯਾਰ ਰਾਜਨ ਜੀ ਹਰੀ ਯਾਰ, ਆਪ ਪਰਚੀ ਪਾਉਂਦੇ ਹੈ ਅਤੇ ਫਿਰ ਵੇਖਦੇ ਆ ਕੈਂਡੀਡੇਟ ਕਹਿੰਦੇ ਨਾ ਪਰਚੀ। ਇਹ ਉਹ ਲੋਕ ਹੈ ਕਹਿੰਦੇ ਹੁੰਦੇ ਸੀ ਲੋਕਾਂ ਦਾ ਬਜਟ, ਚੀਮਾ ਲੋਕਾਂ ਦੇ ਘਰਾਂ ਨੂੰ ਪੁੱਛਦਾ ਹੁੰਦਾ ਸੀਗਾ ਚੀਮਾ ਸਾਹਿਬ ਵੀ ਦੱਸੋ ਕਿਹੋ ਜਿਹਾ ਬਜਟ ਬਣਾਉਣਾ। ਸੋ ਜਿਹੜੇ ਉਮੀਦਵਾਰ ਐਲਾਨੇ ਆ, ਇਹ ਫਰਸਟ੍ਰੇਸ਼ਨ ਹੈ ਭਗਵੰਤ ਸਿੰਘ ਮਾਨ ਹੋਰਾਂ ਦੀ, ਕਿਉਂਕਿ ਕੋਈ ਚਿਹਰਾ ਨਹੀਂ ਹੈ ਔਰ ਸਾਰੇ ਮੰਤਰੀ ਆਪ ਹਾਰਨਾ ਚਾਹੁੰਦੇ ਆ, ਕੋਈ ਲੜਨਾ ਨਹੀਂ ਚਾਹੁੰਦਾ ਸੀ ਕਿਉਂਕਿ ਉਹਨਾਂ ਦੀ ਮੰਤਰੀਸ਼ਿਪ ਜਾਂਦੀ ਜਾ ਰਹੀ ਹੈ। ਸੋ ਇਹ ਕਾਫੀ ਤਰ੍ਹਾਂ ਦਾ ਕੰਮ, ਔਰ ਜਿਹਨਾਂ ਨੂੰ ਟਿਕਟਾਂ ਦਿੱਤੀਆਂ ਉਹ ਕਈਆਂ ਦੇ ਲੋਕ ਚਰਚਾ ਕਰ ਰਹੇ ਕਿ ਸ਼ਾਇਦ ਪਾਰਟੀ ਛੱਡ ਦੇ। ਦੇਖੋ ਸਾਹਿਬ, ਮੈਨੂੰ ਤਾਂ ਬੜੀ ਇਸ ਗੱਲ ਦੀ ਖੁਸ਼ੀ ਹੈ, ਜਿਹਨੇ ਜਾਣਾ ਚਾਹੁੰਦਾ ਵਿਅਕਤੀ ਹੈ, ਜਿਹੜੇ ਇਹੋ ਜਿਹੇ ਲੋਕ ਹੈ, ਇੱਕ ਵਾਰੀ ਖਰੀ ਖਰੀ ਕੰਮ ਰਹਿ ਜੇ। ਸਾਨੂੰ ਕੀ ਫਰਕ ਪਿਆ ਜੀ, ਤੁਹਾਡੇ ਮਨਪ੍ਰੀਤ ਸਿੰਘ ਬਾਦਲ ਚਲੇ ਗਏ, ਜੇ ਸਾਡਾ ਖਜ਼ਾਨਾ ਮੰਤਰੀ ਚਲਾ ਗਿਆ, 65,000 ਤੇ ਸਾਡਾ ਖਜ਼ਾਨਾ ਮੰਤਰੀ ਹਾਰ ਗਿਆ ਸੀ, ਤੇ ਏਦੂ ਇੱਕ ਮਿੰਟ ਏਦੂ ਵੱਡਾ ਕੋਈ ਲੀਡਰ ਹੈਗਾ ਸੀਗਾ, ਸਭ ਤੋਂ ਵੱਡਾ ਲੀਡਰ, ਜੇ ਉਹਦੇ ਜਾਣ ਨਾਲ ਕੋਈ ਫਰਕ ਨਹੀਂ ਪਿਆ, ਤੁਸੀਂ ਐਤਕੀ ਵੇਖ ਲਿਓ ਜੋ ਬਠਿੰਡੇ 'ਚ 65,000 ਅਸੀਂ ਘਟੇ ਸੀ ਵਿਧਾਨ ਸਭਾ 'ਚ, ਅਤੇ ਬਾਬਾ ਸੁੱਖ ਰੱਖੇ 30,000 ਵਧਾਂਗੇ ਐਤਕੀ ਇਕੱਲੇ ਬਠਿੰਡੇ 'ਚ, ਮੇਰੀ ਗੱਲ ਯਾਦ ਰੱਖਿਓ। ਇਕੱਲਾ ਹੀ ਗੁੱਸਾ ਜਿਹੜਾ ਸੀਗਾ, ਕਿਉਂਕਿ ਇਹੋ ਜਿਹੜੇ ਲੀਡਰ ਹੈ ਜਿਨ੍ਹਾਂ ਨੇ ਕਾਂਗਰਸ ਅਡੋਪਟ ਹੀ ਨਹੀਂ ਕੀਤੀ, ਜਿਹੜੇ ਲੋਕ ਕੇਵਲ ਮੌਕਾ ਪ੍ਰਸਤੀ ਦੀ ਗੇਮ ਖੇਡਦੇ, ਖਰੇ ਖਰੇ ਰਹਿ ਜਾਣਗੇ, ਖਰੇ ਖਰੇ ਪਰਿਵਾਰ ਰਹਿ ਜਾਣਗੇ, ਅਤੇ ਮੈਦਾਨ ਕਾਫੀ ਠੀਕ ਹੋਊਗਾ, ਅਤੇ ਉਹਨਾਂ ਨੂੰ ਟਿਕਟਾਂ ਦੇਵਾਂਗੇ ਜੀ, ਨਵੇਂ ਚਿਹਰਿਆਂ ਨੂੰ ਮੌਕਾ ਦੇਣਗੇ। ਕਿਹੋ ਜਿਹੇ ਲੋਕ ਚਿਹਰੇ ਜਿੱਤੇ ਜੀ? ਆਮ ਲੋਕ ਚਿਹਰੇ ਬਣ ਗਏ ਨਾ ਜੀ, ਵੱਡੇ ਵੱਡੇ ਚਿਹਰੇ ਹਰਾ ਤੇ, ਹੁਣ ਕੋਈ ਵੱਡਾ ਲੀਡਰ ਨਹੀਂ ਹੈ, ਹੁਣ ਜਨਤਾ ਦੇ ਨਾਲ ਵੱਡਾ
ਮੈਂ ਕਿਹਾ ਕਿ ਮੈਂ ਤਾਂ ਛੋਟੇ ਹੀ ਚਾਹੀਦੇ ਆ ਮੈਨੂੰ, ਅੱਗੇ ਲੋਕ ਕਹਿੰਦੇ ਮੈਨੂੰ ਬਾਹਲੇ ਬੱਬਰੇ ਸ਼ੇਰ ਨਹੀਂ ਚਾਹੀਦੇ, ਮੈਂ ਤਾਂ ਆਪਦਾ ਬੱਕਰੀਆਂ ਉਹਨਾਂ ਨਾਲ ਹੀ ਕੰਮ ਚਲਾ ਲੂੰਗਾ, ਲੇਕਿਨ ਹੋਣ ਖਰੀਆਂ, ਇਹ ਨਾ ਹੋਣ ਵੀ ਬੱਬਰ ਸ਼ੇਰ ਆਪ ਨੂੰ ਹੀ ਖਾ ਜੇ ਕਿਸੇ ਨੇ।